ਹੁਣ ਖਬਰਾਂ ਵਿਸਥਾਰ ਦੇ ਨਾਲ ਫੁੱਟਬਾਲ ਦੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੈਕ ਵਾਰਨਰ ਤੇ 950 ਕਰੋੜ ਦੀ ਧੋਖਾਧੜੀ ਦੇ ਮਾਮਲਿਆਂ ਦੇ ਚੱਲਦਿਆਂ ਉਮਰ ਭਰ ਲਈ ਬੈਨ ਲਗਾ ਦਿੱਤਾ ਗਿਆ। ਹੁਣ ਫੁੱਟਬਾਲ ਨਾਲ ਜੁੜੇ ਕਿਸੇ ਵੀ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੇ ਰਾਜਕ੍ਰਮ ਚ ਹਿੱਸਾ ਨਹੀਂ ਲੈ ਸਕਣਗੇ। 72 ਸਾਲਾ ਵਾਰਨਰ ਤੇ ਇਹ ਪ੍ਰਤੀਬੰਧ ਲਗਾਇਆ ਗਿਆ। ਜਾਣਕਾਰੀ ਮੁਤਾਬਿਕ ਵਾਰਨਰ ਤੇ ਫੀਫਾ ਅਧੀਨ ਵੱਖ ਵੱਖ ਅਹੁਦਿਆਂ ਤੇ ਰਹਿੰਦੀਆਂ ਆਪਣੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਸਾਬਿਤ ਹੋਏ ਨੇ। ਉਹ ਇਸ ਵੇਲੇ ਭ੍ਰਿਸ਼ਟਾਚਾਰ ਨਾਲ ਜੁੜੇ 12 ਮਾਮਲਿਆਂ ਦਾ ਸਾਹਮਣਾ ਕਰ ਰਹੇ ਨੇ। ਸਾਰੇ ਮਾਮਲਿਆਂ ਚ ਤਕਰੀਬਨ 950 ਕਰੋੜ ਦੇ ਘੁਟਾਲੇ ਦਾ ਖੁਲਾਸਾ ਹੋਇਆ। ਬਿਹਾਰ ਚੋਣਾਂ ਸੰਬੰਧੀ ਚੋਣ ਪ੍ਰਚਾਰ ਆਪਣੇ ਜ਼ੋਰਾਂ ਤੇ ਹੈ। ਸਾਰੀਆਂ ਪਾਰਟੀਆਂ ਲੋਕਾਂ ਨੂੰ ਆਪਣੇ ਪੱਖ ਚ ਕਰਨ ਲਈ ਦਾਅ ਪੇਚ ਅਜ਼ਮਾ ਰਹੀਆਂ ਨੇ। ਇਸੇ ਲੜੀ ਅਧੀਨ ਬੀਜੇਪੀ ਨੇ ਜਾਤੀਵਾਦ ਦਾ ਪੱਤਾ ਖੇਡਦਿਆਂ ਕਿਸੇ ਉੱਚ ਜਾਤੀ ਵਾਲੇ ਵਿਅਕਤੀ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਉਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ। ਬੀਜੇਪੀ ਆਗੂ ਗਿਰਰਾਜ ਸਿੰਘ ਨੇ ਕਿਹਾ ਕਿ ਐਨਡੀਏ ਵੱਲੋਂ ਕਿਸੇ ਪਿਛੜੇ ਵਰਗ ਦੇ ਵਿਅਕਤੀ ਨੂੰ ਬਿਹਾਰ ਦੀ ਸੱਤਾ ਸੌਂਪੀ ਜਾਵੇਗੀ। ਡੇਰਾ ਸੱਚਾ ਸੌਦਾ ਮੁਖੀ ਨੂੰ ਅਚਨਚੇਤ ਮੁਆਫ਼ੀ ਦੇਣ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਦੇ ਫੈਸਲੇ ਨੂੰ ਪੈਦਾ ਹੋਏ ਰੂਹ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਖਾਭਾਰ ਹੋਈ ਜਾਪੀ ਹੈ। ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਬੈਠਕ ਤੇਜਾ ਸਿੰਘ ਸਮੁੰਦਰੀ ਹਾਲ ਚ ਹੋਈ, ਜਿਸ ਦੇ ਵਿੱਚ ਮੱਕੜ ਨੇ ਸਿੱਖ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਮੰਨਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਾਫ਼ੀ ਡੂੰਘੀ ਸੋਚ ਵਿਚਾਰ ਮਗਰੋਂ ਲਿਆ ਗਿਆ ਹੈ, ਸੋ ਇਸ ਤੇ ਕਿੰਤੂ ਪ੍ਰੰਤੂ ਨਾ ਕੀਤੀ ਜਾਵੇ। ਨੋਟਿਸ ਕੇਵਲ ਚੰਦ ਘੰਟਿਆਂ ਦਾ ਸੀ, ਫਿਰ ਵੀ 150 ਦੇ ਕਰੀਬ ਮੈਂਬਰ ਜਿਹੜੇ ਨੇ ਉਹ ਹਾਜ਼ਰ ਹੋਏ ਨੇ, ਪਰ ਉਹਨਾਂ ਨੇ ਸਰਬਸੰਮਤੀ ਨਾਲ ਇਹਨੂੰ ਇਸ ਗੱਲ ਨੂੰ ਪ੍ਰਵਾਨਗੀ ਦਿੱਤੀ ਹੈ। ਸਵਾਏ ਇੱਕ ਦੋ ਮੈਂਬਰ ਜਿਹੜੇ ਕਿ ਮਾਨਦਾਨ ਨਾਲ ਸੰਬੰਧਿਤ ਨੇ ਜਾਂ ਕੋਈ ਹੋਰ ਬੰਦੇ ਨੇ, ਬਾਕੀ ਸਾਰੇ ਨੇ ਸਪਸ਼ਟ ਰੂਪ ਵਿੱਚ ਉਹਨਾਂ ਨੂੰ। ਉਧਰ ਇਸ ਮਾਮਲੇ ਚ ਅਕਾਲ ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੇ ਕਿਹਾ ਕਿ ਜੇਕਰ ਡੇਰਾ ਮੁਖੀ ਨੇ ਮੁਆਫ਼ੀ ਲਈ ਕੋਈ ਪੱਤਰ ਸ਼੍ਰੋਮਣੀ ਕਮੇਟੀ ਵੱਲ ਭੇਜਿਆ ਸੀ ਤਾਂ ਕਮੇਟੀ ਨੂੰ ਸਿੱਖ ਸੰਗਤ ਨਾਲ ਸਲਾਹ ਮਗਰੋਂ ਹੀ ਨਤੀਜੇ ਤੇ ਪਹੁੰਚਣਾ ਚਾਹੀਦਾ ਸੀ, ਨਾ ਕਿ ਕੋਈ ਫੈਸਲਾ ਅੰਦਰ ਖਾਤੇ ਲਿਆ ਜਾਣਾ ਚਾਹੀਦਾ ਸੀ। ਚਾਹੀਦਾ ਤਾਂ ਇਹ ਸੀ ਕਿ ਪੰਜ ਸਿੰਘ ਸਾਹਿਬਾਨ ਪਹਿਲਾਂ ਉਹਦੇ ਵੱਲੋਂ ਕੋਈ ਮੁਆਫ਼ੀਨਾਮਾ ਆਇਆ ਸੀ, ਉਹਨੂੰ ਪਬਲਿਕ ਤੌਰ ਤੇ ਅਖ਼ਬਾਰਾਂ ਵਿੱਚ ਦੇ ਕੇ ਉਹਨੂੰ ਸਿੱਖ ਸੰਗਤਾਂ ਦੀਆਂ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਜਥੇਬੰਦੀਆਂ ਦੀਆਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਬੁਲਾਉਂਦੇ, ਬੁੱਧੀਜੀਵੀ ਚਿੰਤਕ ਗੁਰਸਿੱਖਾਂ ਨੂੰ ਸੱਦਦੇ ਵੀ ਉਹਦੇ ਵੱਲੋਂ ਆਹ ਮੰਗ ਆਈ ਹੈ, ਉਹ ਜਾਚਨਾ ਕਰਦਾ ਵਾ ਤੇ ਉਦੋਂ ਬਾਅਦ ਕੋਈ ਫੈਸਲਾ ਲਿਆ ਜਾਂਦਾ। ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸਰਾਂ ਖਿਲਾਫ਼ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਪਾਰਟੀ ਨੇ ਇੱਕ ਅਫੀਮ ਤਸਕਰ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਿਕ ਗੁਰਦੁਆਰਾ ਚਾਲ ਸਾਹਿਬ ਨੇੜੇ ਕੀਤੀ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ਤੇ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਸੀ, ਜਿਸ ਤੋਂ 250 ਗ੍ਰਾਮ ਅਫੀਮ ਬਰਾਮਦ ਕੀਤੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਸੁਖਚੈਨ ਸਿੰਘ ਵਿਰੁੱਧ ਐਨਡੀਪੀਸੀਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਜਲੰਧਰ ਦੇ ਜਗਪੁਰਾ ਇਲਾਕੇ ਚ ਇੱਕ ਵਿਅਕਤੀ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਕਾਂਗਰਸ ਮੋਨੀਟਰੀ ਤੋਂ ਸੈੱਲ ਜਲੰਧਰ ਦੇ ਵਾਈਸ ਚੇਅਰਮੈਨ ਤੇ ਆਰਕੈਸਟਰਾ ਦਾ ਕੰਮ ਕਰਦੇ ਸੁਭਾਸ਼ ਨੇ ਕਥਿਤ ਤੌਰ ਤੇ ਆਪਣੀ ਪਤਨੀ ਦੇ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਦੇਸੀ ਪਿਸਤੌਲ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਹੀਂ ਤੇ ਕੁਛ ਲੈ ਕੇ ਨਹੀਂ ਦਿੰਦਾ, ਸਭ ਕੁਛ ਲੈਣ ਦੇ ਬਾਵਜੂਦ ਵੀ ਉਹ ਛੱਡ ਕੇ ਦੌੜ ਗਈ, ਬਸ ਉਹਦਾ ਬਰਦਾਸ਼ਤ ਨਹੀਂ ਹੋਇਆ ਉਸ ਤੋਂ ਕੰਮ। ਉਹਨੇ ਸਵੇਰੇ ਲਿਖ ਦਿੱਤਾ ਸੁਸਾਈਡ ਨੋਟ ਦੇ ਵਿੱਚ ਕਿ ਮੈਂ ਮਰ ਰਿਹਾ, ਬਸ ਮੈਂ ਆਪਣੇ ਮੌਤ ਦਾ, ਮੇਰੇ ਮੌਤ ਦਾ ਜ਼ਿੰਮੇਦਾਰ ਮੇਰੀ ਵਾਈਫ ਆ, ਉਹਦੀ ਸੱਸ ਆ, ਤੇ ਇੱਕ ਜਿਹੜਾ ਰਾਜ ਮੁੰਡੇ ਨਾਲ ਦੌੜੀ ਉਹ। ਰੋਪੜ ਵਿਖੇ ਤਿਆਰ ਹੋ ਚੁੱਕਿਆ 7 ਕਿਲੋਮੀਟਰ ਲੰਬਾ 180 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਬਾਈਪਾਸ 2 ਅਕਤੂਬਰ ਨੂੰ ਲੋਕਾਂ ਨੂੰ ਸਮਰਪਣ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ। ਇਸ ਗੱਲ ਦੀ ਜਾਣਕਾਰੀ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਇੱਥੇ ਬਾਈਪਾਸ ਦੇ ਸਮਾਗਮ ਦੇ ਅਗੇਤਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਇਸ ਮੌਕੇ ਉਹਨਾਂ ਤਿਆਰੀਆਂ 'ਚ ਕੋਈ ਕਸਰ ਨਾ ਰਹਿਣ ਦੀ ਗੱਲ ਵੀ ਕਹੀ। ਰੋਪੜ ਜ਼ਿਲ੍ਹੇ ਦੀ ਖਾਸ ਕਰਕੇ ਸ਼ਹਿਰ ਵਾਸੀਆਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋਈ ਆ ਕਿ ਸਤਲੁਜ ਦਰਿਆ 'ਤੇ ਨਵਾਂ ਪੁਲ ਵੀ ਬਣਿਆ, ਬੜੀ ਵੱਡੀ ਬਾਈਪਾਸ ਵੀ ਬਣੀ ਹੈ, ਉਹਦਾ 2 ਤਰੀਕ ਨੂੰ ਉਦਘਾਟਨ ਜਿਹੜਾ ਉਹ ਕਰਨ ਵਾਸਤੇ ਆ ਰਿਹਾ, ਉਸ ਲਈ ਅਸੀਂ ਵੱਡਾ ਸਮਾਗਮ ਕਰਾਂਗੇ ਔਰ ਉਹਦੇ ਵਿੱਚ ਇਹਨੂੰ ਜਿਹੜਾ ਲੋਕ ਅਰਪਣ ਅਸੀਂ ਕਰਾਂਗੇ। ਔਰ ਦੂਜਾ ਉਸ ਦਿਨ ਗਾਂਧੀ ਜਯੰਤੀ ਹੈ, ਇੱਕ ਸਕੀਮ ਜਿਹੜੀ ਹੈ ਭਗਤ ਪੂਰਨ ਸਿੰਘ ਹੋਰਾਂ ਦੇ ਨਾਂ ਦੇ ਉੱਤੇ ਸਾਰੇ ਜਿਹੜੇ ਨੀਲਾ ਕਾਰਡ ਹੋਲਡਰ ਆ ਉਹਨਾਂ ਨੂੰ 30,000 ਰੁਪਏ ਦੀ ਜਿਹੜੀ ਮੈਡੀਕਲ ਇੰਸ਼ੋਰੈਂਸ ਸਕੀਮ ਸਰਕਾਰ ਨੇ ਸ਼ੁਰੂ ਕੀਤੀ ਹੈ ਉਹ ਵੀ ਲਾਂਚ ਇਸੇ ਜਗ੍ਹਾ ਤੋਂ। ਬੀਤੇ 31 ਸਾਲਾਂ ਤੋਂ 1984 ਸਿੱਖ ਕਤਲੇਆਮ ਦੇ ਮਾਮਲੇ 'ਚ ਇਨਸਾਫ ਦੀ ਉਡੀਕ ਕਰ ਰਹੀ ਸਿੱਖ ਕੌਮ ਨੂੰ ਇੱਕ ਵਾਰ ਫਿਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ 'ਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਦਰਅਸਲ 1984 'ਚ ਦਿੱਲੀ ਦੇ ਸ਼ਾਸਤਰੀ ਨਗਰ ਦੇ ਵਸਨੀਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮ ਜਗਮੋਹਨ ਸਿੰਘ ਨੂੰ ਕਥਿਤ ਕਾਂਗਰਸੀ ਆਗੂਆਂ ਵੱਲੋਂ ਘਰ ਤੋਂ ਕੱਢ ਕੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਕੇ ਲਾਸ਼ਾਂ ਦੇ ਵਿਚਕਾਰ ਮਰਿਆ ਸਮਝ ਕੇ ਸੁੱਟ ਦਿੱਤਾ ਗਿਆ ਸੀ। ਜਗਮੋਹਨ ਸਿੰਘ ਨਾਲ ਵਾਪਰੇ ਇਸ ਹਾਦਸੇ ਦੇ ਚਸ਼ਮਦੀਦ ਗਵਾਹ ਉਹਨਾਂ ਦੇ ਭਰਾ ਗੁਰਿੰਦਰ ਸਿੰਘ ਦੀ ਗਵਾਹੀ ਤੇ 30,000 ਕੋਰਟ ਵੱਲੋਂ ਮਿਤੀ 29 ਅਗਸਤ 2008 ਨੂੰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਲ ਹੀ ਜੁਰਮਾਨਾ ਵੀ ਲਗਾਇਆ ਗਿਆ ਸੀ, ਜਿਸ ਦੇ ਆਰੋਪੀਆਂ ਵੱਲੋਂ ਹਾਈਕੋਰਟ 'ਚ ਹੇਠਲੀ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਗਈ ਸੀ। ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੋਂ ਦੋਸ਼ੀਆਂ ਦੇ ਬਰੀ ਹੋਣ ਤੋਂ ਬਾਅਦ ਮਾਯੂਸ਼ੀ ਦੇ ਹਾਲਾਤਾਂ 'ਚ ਕਮੇਟੀ ਦਫ਼ਤਰ ਪੁੱਜੇ ਜਗਮੋਹਨ ਸਿੰਘ ਨੇ ਪੂਰੇ ਘਟਨਾਕ੍ਰਮ ਤੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਜਾਣੂ ਕਰਵਾਇਆ। ਮਾਮਲੇ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਜੀਕੇ ਨੇ ਕਮੇਟੀ ਦੇ ਕਾਨੂੰਨੀ ਵਿਭਾਗ ਨੂੰ ਸੁਪਰੀਮ ਕੋਰਟ 'ਚ ਇਸ ਮਾਮਲੇ ਤੇ ਤੁਰੰਤ ਰਿਵਿਊ ਪਟੀਸ਼ਨ ਦਾਇਰ ਕਰਨ ਦੇ ਆਦੇਸ਼ ਦਿੰਦੇ ਹੋਏ ਪੀੜਤ ਜਗਮੋਹਨ ਸਿੰਘ ਨੂੰ ਇਨਸਾਫ਼ ਦਿਵਾਉਣ ਦੇ ਨਾਲ ਹੀ ਕਮੇਟੀ ਵੱਲੋਂ ਮਾਲੀ ਮਦਦ ਕਰਨ ਦਾ ਵੀ ਐਲਾਨ ਕੀਤਾ। ਔਰ ਜਿਹੜੇ ਲੋਕੀ ਇਹਦੇ 'ਚ ਇਨਵੋਲਵ ਨੇ ਮੈਂ ਸਮਝਦਾ ਕਿ ਉਹ ਉਹਨਾਂ ਦੇ ਉੱਤੇ ਹੋਰ ਵੀ ਕਈ ਕਤਲਾਂ ਦਾ ਜੁਰਮ ਜਿਹੜਾ ਹੈ 1984 ਦਾ ਉਹਨਾਂ ਦੇ ਉੱਤੇ ਲੱਗਾ ਹੋਇਆ ਹੈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਇਹ ਦੋਵੇਂ ਸੱਜਣ ਹਾਈਕੋਰਟ ਤੋਂ ਔਰ ਉਹਦੇ ਬਾਅਦ ਸੁਪਰੀਮ ਕੋਰਟ ਤੋਂ ਇਹ ਆਪਣਾ ਕੇਸ ਹਾਰ ਗਏ ਨੇ। ਇਹਨਾਂ ਦੀ ਪੈਰਵਾਈ ਠੀਕ ਨਹੀਂ ਹੋਈ ਜਾਂ ਕੀ ਕਾਰਨ ਰਿਹਾ ਹੋਏਗਾ ਇਹ ਅਸੀਂ ਜ਼ਰੂਰ ਡਿਟੇਲ ਦੇਖਾਂਗੇ। ਲੇਕਿਨ ਦਿੱਲੀ ਗੁਰਦੁਆਰਾ ਕਮੇਟੀ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਇਹਨਾਂ ਦੇ ਕੇਸ ਵਾਸਤੇ ਰਿਵਿਊ ਪਟੀਸ਼ਨ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਾਵਾਂਗੇ ਔਰ ਜਿਹੜੀ ਵੀ ਲੀਗਲ ਟੀਮ ਕਰਕੇ ਦੇਣੀ ਹੋਏਗੀ ਉਹ ਦੇਵਾਂਗੇ ਔਰ ਇਸ ਤੋਂ ਇਲਾਵਾ ਫਾਈਨੈਂਸ਼ੀਅਲ ਮਦਦ ਜਿਹੜੀ ਇਹਨਾਂ ਨੂੰ ਚਾਹੀਦੀ ਹੋਏਗੀ ਉਹ ਅਸੀਂ ਇਹਨਾਂ ਨੂੰ ਦੇਵਾਂਗੇ। ਔਰ ਜਿੱਥੋਂ ਤੱਕ ਪਤਾ ਲੱਗਾ ਕਿ ਸ਼ਾਇਦ ਸਿੱਖ ਫੋਰ ਜਸਟਿਸ ਇਹਨਾਂ ਦੇ ਕੇਸ ਲੜ ਰਹੇ ਸਨ, ਉਹਦੀ ਬਰੀਕੀ ਦੇਖੀ ਜਾਏਗੀ ਕਿ ਕੀ ਵਜ੍ਹਾ ਰਹੀ ਹੈ ਕਿ ਇਹ ਥੱਲੋਂ ਜਿੱਤਣ ਤੋਂ ਬਾਅਦ ਉਤਲੀਆਂ ਕੋਰਟਾਂ 'ਚੋਂ ਕਿਵੇਂ ਹਾਰ ਗਏ ਇਹ ਜ਼ਰੂਰ ਦੇਖਿਆ ਜਾਏਗਾ। ਔਰ ਜਿਹੜੀ ਵੀ ਮਦਦ ਇਸ ਇਹਨਾਂ ਕੇਸਿਸ ਦੇ ਵਿੱਚ ਇਹਨਾਂ ਨੂੰ ਚਾਹੀਦੀ ਹੋਏਗੀ ਦਿੱਲੀ ਗੁਰਦੁਆਰਾ ਕਮੇਟੀ। ਸੁਪਰੀਮ ਕੋਰਟ ਦਾ ਫੈਸਲਾ ਸਾਡਾ ਜੋ ਹਾਈਕੋਰਟ ਨੇ ਕੀਤਾ ਸੀ ਉਹੀ ਕਰਤਾ ਸਾਡੇ ਖਿਲਾਫ ਹੀ। ਅਸੀਂ ਸਾਨੂੰ ਉਮੀਦ ਸੀ ਕਿ ਨਿਆਂ ਪ੍ਰਣਾਲੀ 'ਤੇ ਵੀ ਸਾਨੂੰ ਕੋਈ ਇਨਸਾਫ਼ ਮਿਲੇਗਾ, ਸਾਨੂੰ ਇਨਸਾਫ਼ ਨਹੀਂ ਮਿਲਿਆ। ਦੇਖੋ ਜੀ ਇਹ ਅੱਜ ਪਹਿਲੀ ਵਾਰੀ ਗੁਰਦੁਆਰਾ ਕਮੇਟੀ 'ਚ ਆਏ ਨੇ ਆਪਣਾ ਮੈਟਰ ਲੈ ਕੇ। ਅੱਜ ਤੱਕ ਜਿਹੜਾ ਕੇਸ ਲੜ ਰਹੇ ਸੀ ਆਪਣੇ ਲੈਵਲ 'ਤੇ ਆਪਣੇ ਦਮ 'ਤੇ ਲੜ ਰਹੇ ਸੀਗੇ।
ਬੀਬੀ ਨਿਰਪ੍ਰੀਤ ਕੌਰ ਨੇ ਸੈਸ਼ਨ ਤੱਕ ਇਹਨਾਂ ਦੇ ਕੇਸ 'ਚ ਬਹੁਤ ਮਦਦ ਕੀਤੀ ਹੈ, ਉਹਨਾਂ ਨੇ ਇਹਨਾਂ ਦੀ ਲੜਾਈ ਪੂਰੀ ਲੜੀ ਹੈ ਜਿੱਥੇ ਕੇਸ ਜਿੱਤ ਕੇ ਆਏ ਨੇ। ਸੈਸ਼ਨ ਤੋਂ ਬਾਅਦ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੋਂ ਜੋ ਕੁਛ ਵੀ ਹੋਇਆ ਵਿੱਚ, ਉਹ ਸਾਨੂੰ ਸਾਰਾ ਚੈੱਕ ਕਰਨਾ ਪਏਗਾ। ਇਹ ਕਹਿ ਰਹੇ ਨੇ ਸਿੱਖ ਫੋਰ ਜਸਟਿਸ ਨੇ ਇਹਨਾਂ ਦਾ ਕੇਸ ਜਿਹੜਾ ਹੈ ਲੜਿਆ ਸੀਗਾ ਹਾਈਕੋਰਟ ਸੁਪਰੀਮ ਕੋਰਟ ਦਾ, ਬਟ ਉਹ ਕੇਸ ਜਿਹੜਾ ਹੈ ਲੂਜ਼ ਕਰ ਗਏ ਨੇ। ਔਰ ਅੱਜ ਵੀ ਜਿਹੜਾ ਮੈਟਰ ਫਾਈਨਲ 'ਤੇ ਸੀਗਾ ਉਸਦਾ ਵੀ ਸਾਡੇ ਤੋਂ, ਗੁਰਦੁਆਰਾ ਕਮੇਟੀ ਤੋਂ, ਹੋਰ ਬਾਕੀ ਜਥੇਬੰਦੀਆਂ ਤੋਂ ਕਿਸੇ ਤੋਂ ਕੁਛ ਵੀ ਜਿਹੜੀ ਹੈ ਚੀਜ਼ ਦਾ ਉਹਨਾਂ ਨੇ ਪਤਾ ਨਹੀਂ ਚੱਲਣ ਦਿੱਤਾ। ਔਰ ਕਿਸ ਤਰ੍ਹਾਂ ਕੇਸ ਲੜਿਆ ਅਸੀਂ ਬੜੇ ਹੈਰਾਨ ਹੈਗੇ ਹਾਂ ਕਿ ਇੰਨਾ ਵਧੀਆ ਜਿੱਤਿਆ ਹੋਇਆ ਕੇਸ, ਜਿਹਦੇ ਖੁਦ ਇੱਕ ਵਿਟਨੈਸ ਹੈਗੇ ਨੇ, ਇਹਨਾਂ ਨੂੰ ਮਾਰ ਕੇ ਸੁੱਟਤਾ ਸੀਗਾ ਉਹਨਾਂ ਨੇ, ਲਾਸ਼ਾਂ ਦੇ ਵਿੱਚ ਸੁੱਟ ਕੇ ਚਲੇ ਗਏ ਸੀਗੇ ਮਰਿਆ ਸਮਝ ਕੇ ਜਗਮੋਹਨ ਸਿੰਘ ਨੂੰ, ਅਤੇ ਗੁਰਿੰਦਰ ਸਿੰਘ ਨੇ ਜਿਹੜਾ ਹੈ ਪੂਰੀ ਗਵਾਹੀ ਦਿੱਤੀ ਆਈ ਵਿਟਨੈਸ ਹੈ, ਉਸ ਤੋਂ ਬਾਅਦ ਕੇਸ ਹਾਰ ਜਾਈਏ, ਮੈਂ ਸਮਝਦਾ ਕਿ ਬੜੀ ਸਾਡੇ ਲਈ ਅੱਜ ਬਹੁਤ ਹੀ ਮਾੜਾ ਦਿਨ ਹੈ। ਫਿਲਹਾਲ ਬੁਲੇਟਿਨ 'ਚ ਇੰਨਾ ਹੀ, ਜਲਦ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ, ਤੁਸੀਂ ਬਣੇ ਰਹੋ ਸਾਡੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ 'ਤੇ।